ਕੀ ਕਰਤਾ ਆ ਆਪਣਾ ਮੈਥਡ ਆ ਇੱਥੇ ਆਪਣਾ ਮੈਥਡ ਆ ਇੱਥੇ ਉਹ ਕਿਵੇਂ ਕਰਦੇ ਨੇ ਕਿ ਜਿੰਨੀਆਂ ਲਗਾਉਂਦੇ ਨੇ ਬ੍ਰਿਕਸ ਉਹਨਾਂ ਬ੍ਰਿਕਸ ਦੇ ਨਾਲ-ਨਾਲ ਹੀ ਉਹਨਾਂ ਨੂੰ ਕਰੀ ਜਾਂਦੇ ਨੇ ਸਾਡੇ ਉੱਥੇ ਐਵੇਂ ਨਹੀਂ ਕਰਦੇ ਸਾਡੇ ਉੱਥੇ ਦੋ ਇਸ ਤਰੀਕੇ ਨਾਲ ਪਹਿਲਾਂ ਥਮਲੇ ਜਾਂ ਬੁਰਜੀਆਂ ਉਸ ਵਾਲ ਦੀਆਂ ਦੋਨੋਂ ਸਾਈਡਸ ਜਿਹੜੀਆਂ ਨੇ ਉਹਨਾਂ ਨੂੰ ਉਹ ਕੱਲੀ-ਕੱਲੀ ਵਾਲ ਜਿਹੜੀ ਹੈ ਬ੍ਰਿਕ ਕਰਕੇ ਉਹ ਪੰਡੂਲਮ ਕਰ ਲੈਂਦੇ ਨੇ ਉਸ ਤਰੀਕੇ ਦੇ ਨਾਲ ਉਹਨੂੰ ਲੈਵਲ ਕਰ ਲੈਂਦੇ ਨੇ ਫਿਰ ਉਹਨਾਂ ਦੋਨਾਂ ਦੇ ਵਿੱਚ ਦੋ ਨੇਲਸ ਐਵੇਂ ਲਗਾ ਲਿੰਦੇ ਨੇ ਤੇ ਉਹਦੇ ਉੱਤੇ ਇੱਕ ਬਿਲਕੁਲ ਜਿਹੜਾ ਹੈਗਾ ਫਾਈਨ ਜਿਹੜਾ ਥ੍ਰੈਟ ਹੁੰਦਾ ਆ ਉਸ ਤਰੀਕੇ ਨਾਲ ਬੜਾ ਧਾਗਾ ਸੂਤ ਦਾ ਉਹ ਬੰਦੇ ਨੂੰ ਸੂਤਰ ਕਹਿੰਦੇ ਨੇ ਸੂਤ ਕਹਿ ਦਿੰਦੇ ਨੇ ਉਸ ਨੂੰ ਫਿਰ ਫਿਰ ਜਿਹੜਾ ਐਕਚੁਅਲੀ ਜਿਹੜਾ ਉਹਦੇ ਚ ਮਿਸਤਰੀ ਐ ਜਿਹੜਾ ਟਰੇਡਮੈਨ ਐ ਉਹ ਜਿਹੜਾ ਕੰਮ ਕਰ ਰਿਹਾ ਉੱਥੇ ਉਹਦੀ ਜੌਬ ਘਟ ਜਾਂਦੀ ਐ ਫਿਰ ਉਹ ਜਿਹੜੇ ਦੂਸਰੇ ਲੇਬਰ ਵਾਲੇ ਬੰਦੇ ਨੂੰ ਉਹਨਾਂ ਨੂੰ ਫਟਾਫਟ ਕਹੀ ਜਾਂਦੇ ਲਿਆਓ ਫਟਾਫਟ ਇੱਟਾਂ ਰੱਖੀ ਜਾਓ ਉਹ ਜਲਦੀ ਜਲਦੀ ਫਿਰ ਇੱਟਾਂ ਰੱਖੀ ਜਾਂਦੇ ਨੇ ਤੇ ਹੱਥ ਦੇ ਵਿੱਚ ਇੱਕ ਜਿਹਨੂੰ ਕਹਿ ਲੋ ਕਿ ਹੈਮਰ ਦੀ ਤਰ੍ਹਾਂ ਉਹਨਾਂ ਦੇ ਕੋਲ ਤੈਸਾ ਹੁੰਦਾ ਆ ਤੇ ਉਹਦੇ ਨਾਲ ਫਿਰ ਉਹ ਉਹ ਇੱਟਾਂ ਨੂੰ फटाफट ਦੁਸਤ ਕਰੀ ਜਾਂਦਾ ਹੈ ਜਿਹੜੀ ਇੱਟ ਸੂਤ ਤੋਂ ਅੱਗੇ ਆਉਂਦੀ ਹੈ ਉਹਨੂੰ ਠੋਕ ਕੇ ਪਿੱਛੇ ਕਰ ਦਿੰਦਾ ਜਿਹੜੀ ਸੂਤ ਤੋਂ ਥੋੜੀ ਪਿੱਛੇ ਹੁੰਦੀ ਉਹਨੂੰ ਅੱਗੇ ਕਰ ਦਿੰਦਾ ਸੂਤ ਦਾ ਕੰਮ ਇਹ ਆ ਜ਼ਿੰਦਗੀ ਦੇ ਵਿੱਚ ਜਿਹੜੀਆਂ ਲੋੜਾਂ ਥੋੜਾਂ ਨੇ ਇਹਨਾਂ ਨੂੰ ਕਿਤਨਾ ਕਿਤੇ ਮੈਜ਼ਰ ਕਰ ਕਿਤਨਾ ਕਿਤੇ ਇਹਨਾਂ ਨੂੰ ਆ ਇੱਕ ਲੈਵਲ ਤੇ ਲੈ ਕੇ ਆ ਉਹਨਾਂ ਦੇ ਅਕੋਰਡਿੰਗਲੀ ਜਿਹੜੀਆਂ ਤੇਰੀਆਂ ਸਪਿਰਚੁਅਲ ਨੀਡਸ ਨੇ ਉਹਨਾਂ ਨੂੰ ਵਿੱਚ ਫਿੱਟ ਕਰ ਅਦਰਵਾਈਜ਼ ਜੀਵਨ ਨੰਗ ਜਾਏਗਾ ਤੇ ਜਦੋਂ ਨੰਗ ਜਾਏਗਾ ਉਸ ਦਿਨ ਪਤਾ ਲੱਗੇਗਾ ਵੀ ਓਹੋ ਹੋ ਮੈਂ ਤੇ ਕੰਮ ਕਰਦਾ ਹੀ ਰਹਿ ਗਿਆ ਧੰਦਾ ਕਰਤਿਆਂ ਨਿਫਲ ਜਨਮ ਗਵਾਇਓ ਗੁਰੂ ਸਾਹਿਬ ਬਿਆਨ ਕਰਦੇ ਵੀ ਜਿਹੜਾ ਸੁਖਦਾਤਾ ਮੰਨਣਾ ਵਸਾਇਓ ਜਿਹੜਾ ਸੁਖਾਂ ਦਾ ਦਾਤਾ ਸੀ ਉਹ ਤੇ ਮਨ ਚ ਨਹੀਂ ਵਸਿਆ ਤੂੰ ਤੇ ਹੋਰ ਹੀ ਤੰਦਕੁਟਦਾ ਤੁਰ ਗਿਆ ਸਾਰੇ ਉਹ ਕੰਮ ਕਰਦਾ ਗਿਆ ਜਿਹੜੇ ਕੰਮ ਕਦੀ ਪੂਰੇ ਹੀ ਨਹੀਂ ਹੋਏ ਇਸ ਕਰਕੇ ਮਹਾਰਾਜ ਕਹਿੰਦੇ ਇੱਕ ਦਿਨ ਐਸਾ ਸਮਾਂ ਆਉਣਾ ਆ ਤੇਰੇ ਕੰਮ ਖਿਲਰੇ ਰਹਿ ਜਾਣੇ ਨੇ ਸਭ ਕੁਝ ਐਵੇਂ ਸਾਰਾ ਕੁਝ ਅਮਲ ਸਿਰਾਨੋ ਸਾਰੇ ਦਾ ਸਾਰਾ ਅਮਲ ਕਿਰਿਆ ਕਲਾਪ ਕਰਮ ਜਿਹੜਾ ਹੈ ਉਹ ਐਜ਼ ਇਟ ਇਜ਼ ਹੀ ਪਿਆ ਰਹਿ ਜਾਣਾ ਹੈ ਹੁਣਾ ਕੀ ਹੈ ਸੁਨੇਹਾ ਇਹ ਆ ਜਾਣਾ ਹੈ ਅਮਲ ਸਿਰਾਨੋ ਲੇਖਾ ਦੇਣਾ ਚਲ ਪਾਈ ਤੇਰਾ ਹਿਸਾਬ ਕਿਤਾਬ ਹੋਣਾ ਹੁਣ ਚਲ ਹਿਸਾਬ ਕਿਤਾਬ ਕਾਦਾ ਹੋਣਾ ਜੁੱਤ ਨੂੰ ਇਤਨੀ ਬੇਸ਼ਕੀਮਤੀ ਚੀਜ਼ ਮਿਲੇ ਸੀ ਜ਼ਿੰਦਗੀ ਇਸ ਸਵਾਸਾਂ ਦੀ ਪੂੰਜੀ ਜਿਹਦੇ ਵਿੱਚ ਤੇਰੇ ਕੋਲ ਇੰਨੀ એનર્ਜੀ ਸੀਗੀ ਤੂੰ ਇਸ એનર્ਜੀ ਨਾਲ ਕੀ ਕੀਤਾ लेट्स ਟਾਕ ਅਬਾਊਟ ਇਟ ਇਹ ਆਪਸਪੋਸ ਸਿੰਪਲ ਬਾਤ ਕਰੀਏ ਅੱਜ ਅਸੀਂ ਮਤਲਬ ਬਹੁਤ ਜ਼ਿਆਦਾ ਇਨੋਵੇਟਿਵ ਦੁਨੀਆ 'ਚ ਆ ਗਏ ਆ ਇੱਥੋਂ ਤੱਕ ਕਿ ਬੰਦੇ ਨੇ ਬਿਲਕੁਲ ਆਪਣੇ ਨਾਲੋਂ ਵੀ ਵਧੀਆ ਤਰੀਕੇ ਨਾਲ ਲੇਬਰ ਜੌਬ ਕਰਨ ਵਾਸਤੇ ਮਸ਼ੀਨਾ ਬਣਾ ਲਈਆਂ ਨੇ। ਅ ਜੰਨੀਆਂ ਮਸ਼ੀਨਾ ਨੇ ਸ਼ਾਵਲਜ਼ ਦੀ ਥਾਂ ਤੇ ਕੰਮ ਕਰ ਰਹੀਆਂ ਨੇ, ਪਟ ਪਟਈਆ ਕਰ ਰਹੀਆਂ ਨੇ, ਢੋਆ ਟਵਾਈ ਕਰ ਰਹੀਆਂ ਨੇ, ਸਭ ਚੀਜ਼ਾਂ। ਐਕਚੁਅਲੀ ਇਹ ਜਿਹੜੀ ਹਿਊਮਨ ਪਾਵਰ ਜਾਂ ਹਿਊਮਨ ਫੋਰਸ ਜਾਂ ਹਿਊਮਨ ਰਿਸੋਰਸਸ ਨੇ ਉਹਨਾਂ ਸਾਰਿਆਂ ਦੀ ਰਿਪਲੇਸਮੈਂਟ ਲਿਆਂਦੀ ਗਈ ਹੈ। ਫਿਰ ਸਾਡੇ ਕੋਲ ਰੋਬੋਟ ਹੈਗੇ ਨੇ। ਜਸੀ ਉਹਨਾਂ ਨੂੰ ਦੇਖਦੇ ਆ ਕਿ ਉਹ ਸਾਰੇ ਕੰਮ ਕਰ ਰਹੇ ਉਸ ਰੂਪ ਦੇ ਅੰਦਰ ਪਰ ਫਿਰ ਵੀ ਜਿਹੜੇ ਹਿਊਮਨ ਬੀਿੰਗ ਦੀ ਕਹ ਲੋ ਕਿ ਰਿਪਲੇਸਮੈਂਟ ਆ ਉਹ ਪੂਰੀ ਤਰ੍ਹਾਂ ਨਹੀਂ ਆ ਹੋ ਹੀ ਨਹੀਂ ਸਕਦੀ ਜੇ ਮੈਡੀਕਲ ਵਰਲਡ ਚ ਕਹ ਲੋ ਲੋਕੀ ਕਹਿੰਦੇ ਨੇ ਕਿ ਬਾਕੀ ਸਭ ਕੁਝ ਤੇ ਬੰਦਾ ਬਣਾ ਲੈਂਦਾ ਪਰ ਜਦੋਂ ਖੂਨ ਦੀ ਲੋੜ ਪੈਂਦੀ ਹੈ ਉਹਦੋਂ ਫਿਰ ਦੂਜੇ ਬੰਦੇ ਦੀ ਲੋੜ ਪੈਂਦੀ ਹੈ ਉਹਦੇ ਕੋਲ ਨਹੀਂ ਲੈ ਕੇ ਉਹਦੇ ਚ ਪਾਇਆ ਜਾਂਦਾ ਮੈਂ ਕਹਿੰਦਾ ਇਨੋਵੇਟਿਵ ਦੁਨੀਆ ਉੱਥੇ ਆ ਜਾਏ ਅੱਜਕਲ ਖੂਨ ਡਾਇਰੈਕਟਲੀ ਪੂਰਾ ਨਹੀਂ ਚਾਹੀਦਾ ਹੁੰਦਾ ਪਲਾਜ਼ਮਾ ਮਿਲ ਜੇ ਦੈਟਸ ਇਨਾਫ ਕੱਲ ਨੂੰ ਕੁਝ ਇਹੋ ਜਿਹਾ ਵੀ ਤਿਆਰ ਹੋ ਜਾਵੇ ਵੀ ਖੂਨ ਵੀ ਬੰਦਾ ਬਣਾ ਲਵੇ ਪਰ ਜਿਹੜੀ ਐਕਚੁਅਲ ਚੀਜ਼ ਆ ਹਿਮੈਨਿਟੀ ਸਿਰਫ ਖੂਨ ਚਰੀ ਨਾ ਵਸਤੀ ਹਿਮੈਨਿਟੀ ਤੇ ਇੱਕ ਪੂਰ ਪੂਰੀ ਇੱਕ ਕੰਪੋਨੈਂਟ ਨੇ ਸਾਰੇ ਦੇ ਸਾਰੇ ਜਿਹੜੇ ਕੁਦਰਤ ਨੇ ਇਹਦੇ ਚ ਬਣਾਏ ਨੇ ਜਿਸ ਵਿੱਚ ਇਮੋਸ਼ਨਸ ਵੀ ਨੇ ਜਿਸ ਵਿੱਚ ਭਾਵ ਨੇ ਜਿਹਦੇ ਚ ਸੋਚ ਆ ਹਰ ਚੀਜ਼ ਭਈ ਹੈ ਇਹਨੂੰ ਮਸ਼ੀਨਾਂ ਕਿਵੇਂ ਬਣਾਉਣ ਗਿਆ ਕਿਵੇਂ ਰਿਪਲੇਸ ਕਰਨ ਗਿਆ ਕੁਛ ਵੀ ਨਹੀਂ ਹੋ ਸਕਦਾ ਸਾਰੇ ਬਾਬਤ ਇਹ ਚੀਜ਼ ਜਿਹੜੀ ਹੈ ਇਹਨੂੰ ਤੁਸੀਂ ਏਵੈਲੂਏਟ ਵੀ ਨਹੀਂ ਕਰ ਸਕਦੇ ਹੁਣ ਜਿਹੜੀ ਫੀਲਿੰਗ ਆ ਮਾਂ ਜੋ ਬੱਚੇ ਬਾਰੇ ਫੀਲ ਕਰਦੀ ਏ ਬੱਚਾ ਜੋ ਮਾਂ ਬਾਰੇ ਫੀਲ ਕਰਦਾ ਆ ਛੋਟੇ ਜਿਹੇ ਬੱਚੇ ਨੂੰ ਪੁੱਛ ਕੇ ਦੇਖੋ ਤੁਸੀਂ ਉਸ ਨੂੰ ਦੁਨੀਆ ਭਰ ਦੀਆਂ ਕੈਂਡੀਜ਼ ਦੇ ਦਿਓ ਪਦਾਰਥ ਦੇ ਦਿਓ ਜੋ ਮਰਜ਼ੀ ਦੇ ਦਿਓ ਜਦੋਂ ਉਹਨੂੰ ਮਾਂ ਦੀ ਲੋੜ ਆ ਉਹ ਮਿਲੇਗੀ ਤਾਂ ਲੋੜ ਪੂਰੀ ਹੋਏਗੀ ਇਮੋਸ਼ਨਸ ਨੇ ਉੱਤੇ ਕਿੰਨੀ ਬੇਸ਼ਕੀਮਤੀ ਚੀਜ਼ ਆ ਮਾਂ ਨਹੀਂ ਉਹ ਇਮੋਸ਼ਨਸ ਜਿਹੜੇ ਉਹਨੂੰ ਉਸ ਲੈਵਲ ਤੇ ਲੈ ਕੇ ਜਾਂਦੇ ਨੇ ਵਕਤ ਬਤੀਤ ਹੋਣ ਦੇ ਨਾਲ ਜਦੋਂ ਉਹਨਾਂ ਨੂੰ ਸੰਭਾਲਦਾ ਨਹੀਂ ਵੇਖਦਾ ਨਹੀਂ ਕਈ ਵਾਰੀ ਇਹ ਹੁੰਦਾ ਆ ਬੰਦਾ ਕਹਿੰਦਾ ਪਦਾਰਥ ਮਿਲ ਜੇ ਮਾਂ ਬਾਪ ਛੱਡ ਦਿਆਂਗਾ ਉਹ ਇਮੋਸ਼ਨਸ ਲਾਸਟ ਕਰ ਦਿੱਤੇ ਉਸਨੇ ਲੇਖਾ ਇਸ ਚੀਜ਼ ਦਾ ਦੇਣਾ ਭਾਈ ਆ ਜਿਹੜੀ ਤੈਨੂੰ ਇੰਨੀ ਬੇਸ਼ਕੀਮਤੀ ਚੀਜ਼ ਮਿਲੀ ਸੀ ਜ਼ਿੰਦਗੀ ਜਿਹੜੇ ਆ ਸੀਗੇ ਮਨੁੱਖੀ ਜਜ਼ਬਾਤ ਮਨੁੱਖੀ ਖਿਆਲ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ ਲੇਖਾ ਦੇ ਇਹ ਕਿਵੇਂ ਗਵਾਏ ਤੋ ਇਨੀ ਕੀਮਤੀ ਦੌਲਤ ਮੋਸਟਲੀ ਮਟੀਰੀਅਲ ਇਨਾ ਸਾਨੂੰ ਅਪੀਲਿੰਗ ਲੱਗਦਾ ਆ ਅਸੀਂ ਸਾਰੀ ਦੌਲਤ ਨੂੰ ਹੌਲੀ-ਹੌਲੀ ਕਰਕੇ ਮਤਲਬ ਨਿਚੋੜ ਦਿੰਨੇ ਆ ਜਦੋਂ ਆਪਾਂ ਮੈਂਟਲ ਹੈਲਥ ਦੀ ਗੱਲ ਕਰਦੇ ਨਾ ਬੰਦਾ ਮੈਂਟਲੀ ਬਿਮਾਰ ਹੋ ਰਿਹਾ ਹੈ ਬੰਦੇ ਕੋਲੋਂ ਆ ਦੌਲਤ ਗਵਾਚ ਗਈ ਏ ਸਾਰੀ ਇਸੇ ਦੌਲਤ ਵਿੱਚ ਤੁਸੀਂ ਸ਼ਬਦ ਪੜੋ ਬਾਣੀ ਦੇ ਵਿੱਚ ਸ਼ਾਇਦ ਮੈਂ ਇਸ ਰੂਪ ਵਿੱਚ ਕਹਿ ਸਕਾਂ ਲਫ਼ਜ਼ਾਂ ਦੇ ਵਿੱਚ ਬਾਣੀ ਕਹਿੰਦੀ ਹੈ ਸੁਨਿਆ ਮੰਨਿਆ ਮੰਨ ਕੀਤਾ ਭਾਉ ਸੁਣ ਵੀ ਲਿਆ ਮੰਨ ਵੀ ਲਿਆ ਪਰ ਇੱਕ ਚੀਜ਼ ਹੋਰ ਹੈ ਮਨ ਕੀਤਾ ਭਾਉ ਭਾਉ ਹੈ ਭਾਵਨਾ ਜਿਹੜੀ ਡਿਵੋਸ਼ਨਲ ਫੀਲਿੰਗ ਆ ਉਹ ਕਿੱਥੋਂ ਲਿਆਵਾਂ ਇਹ ਮਦਰ ਨੇਚਰ ਦਾ ਗਿਫਟ ਹੈ ਇਹ ਸਾਨੂੰ ਮਿਲਦਾ ਆ ਕੁਝ ਲੋਕ ਕੁਝ ਮਿਲੇ ਨੂੰ ਬਹੁਤ ਸੋਹਣੇ ਤਰੀਕ ਨਾਲ ਪ੍ਰੀਜ਼ਰਵ ਕਰ ਲੈਂਦੇ ਨੇ ਸੰਭਾਲ ਲੈਂਦੇ ਨੇ ਉਹਦੇ 'ਚ ਇਜ਼ਾਫਾ ਵੀ ਕਰ ਲੈਂਦੇ ਨੇ ਕੁਝ ਲੋਕ ਉਹ ਮਿਲੇ ਨੂੰ ਗਵਾ ਲੈਂਦੇ ਨੇ ਤੈਸਾ ਗਵਾਚਦਾ ਮੁੜ ਕੇ ਆਉਂਦਾ ਹੀ ਨਹੀਂ ਵਾਪਸ ਲੇਖਾ ਹੋਇਆ ਹੈਗਾ ਸਾਰੇ ਦਾ ਇਤਨੀ ਬੇਸ਼ਕੀਮਤੀ ਦੌਲਤ ਮਿਲੀ ਸੀ ਜ਼ਿੰਦਗੀ ਮਿਲੀ ਸੀ ਇਹ ਏਡਾ ਵੱਡਾ ਸਮੁੰਦਰ ਮਿਲਿਆ ਸੀ ਇਹਨਾਂ ਰਤਨਾ ਜੋ ਹਰਾਤਾਂ ਦਾ ਕਿੱਥੇ ਗਵਾਇਆ ਤੂੰ ਕਿਵੇਂ ਲੌਸਟ ਕੀਤਾ ਜਿਹਨੂੰ ਸਾਬ ਨੇ ਕਿਹਾ ਨਾ ਕਿ ਅੰਨੇ ਵਸ ਮਾਨਕ ਪਿਆ ਉਹ ਘਰ ਘਰ ਵੇਚਣ ਜਾਏ ਬੰਦਾ ਆਪਣੇ ਵੀ ਜਜ਼ਬਾਤਾਂ ਨਾਲ ਖੇਡਦਾ ਤੇ ਦੂਜਿਆਂ ਨਾਲ ਵੀ ਖੇਡਦਾ ਤੇ ਹੈ ਨਾ ਸਮਝ ਕੋਈ ਨਹੀਂ ਉਸਨੂੰ ਕਿ ਜਜ਼ਬਾਤ ਕੀ ਚੀਜ਼ ਹੁੰਦੇ ਨੇ ਨਾ ਉਹਨੂੰ ਆਪਣੇ ਇਮੋਸ਼ਨਸ ਦਾ ਪਤਾ ਨਾ ਕਿਸੇ ਦੇ ਪਤਾ ਨਾ ਆਪਣੀਆਂ ਭਾਵਨਾਵਾਂ ਦਾ ਪਤਾ ਨਾ ਕਿਸੇ ਦੀਆਂ ਪਤਾ ਇਸ ਤਰ੍ਹਾਂ ਆ ਅੰਨੇ ਨੂੰ ਹੀਰਾ ਮਿਲ ਗਿਆ ਅੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ ਉਹਨਾਂ ਪਰਖਣਾ ਆ ਵੀ ਅੱਡ ਨਾ ਪੱਲੇ ਪਾਏ ਜਦੋਂ ਮੈਨੂੰ ਹੀ ਨਹੀਂ ਪਤਾ ਮੇਰੇ ਕੋਲ ਅੰਦਰ ਕੀ ਹੈ ਮੈਂ ਕਿਸੇ ਨੂੰ ਵੇਚਾਂਗਾ ਉਹਨੂੰ ਕੀ ਪਤਾ ਉਹਨੂੰ ਵੀ ਨਹੀਂ ਉਹਨੂੰ ਵੀ ਨਹੀਂ ਪਤਾ ਇਸ ਕਰੇ ਕੌਡੀ ਬਦਲੇ ਨਹੀਂ ਪੈਂਦੀ ਜਿੰਨੇ ਤੇ ਲੇਖਾ ਹੋਏਗਾ ਉਦੋਂ ਮੈਂ ਕਿਵੇਂ ਪੂਰਾ ਕਰਾਂਗਾ ਹਿਸਾਬ ਕਿਤਾਬ ਐਕਚੁਅਲੀ ਮੈਂ ਜਨਵਰ ਤੇ ਹੈ ਨਹੀਂ ਸੀਗਾ ਪਸ਼ੂ ਤੇ ਹੈ ਨਹੀਂ ਸੀਗਾ ਪੱਥਰ ਤੇ ਹੈ ਨਹੀਂ ਸੀਗਾ ਬਨਸਪਤੀ ਤੇ ਹੈ ਨਹੀਂ ਸੀਗਾ ਮੈਂ ਤੇ ਮਨੁੱਖ ਸੀਗਾ ਉਮਦਾ ਕਰੀਚਰ ਤੇ ਉਹ ਜਿਹੜੀ ਉਮਦਾ ਨੈਸ ਸੀ ਮੇਰੀ ਜਿਹੜੀ ਉਹ ਉਮਦਾ ਉਮਦਾਪਨ ਸੀਗਾ ਮੇਰਾ ਉਹ ਕਿੱਥੇ ਗਿਆ ਉਸ ਪੀਰੀਅਰਨੈਸ ਜਿਹੜੀ ਮੈਂ ਕਿਵੇਂ ਲਾਸਟ ਕੀਤੀ ਇਹਦਾ ਲੇਖਾ ਹੋਏਗਾ ਬਾਬਾ ਕਬੀਰ ਜੀ ਨੇ ਇਥੇ ਬਚਨ ਲਿਖ ਦਿੱਤਾ ਕਹਿੰਨੇ ਕਿ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮਲੇ ਨਾ ਮੈਂ ਬਜਿੱਤੇ ਕੱਲ ਐਗਜ਼ਾਮਪਲ ਕਰ ਰਿਹਾ ਠਾਣਾ ਚੜ ਕੇ ਆਉਣਾ ਦੁਨੀਆ ਦੇ ਬਾਹਰਲੇ ਠਾਣੇ ਤੋਂ ਲੋਕੀ ਖਰੀਦ ਲੈਂਦੇ ਨੇ ਬਾਬਾ ਜੀ ਕਹਿੰਦੇ ਉਹ ਦੂਤਾਂ ਦਾ ਜਿਹੜਾ ਬੜਾ ਕਠਨ ਠਾਣਾ ਬੜੇ ਕਠਨ ਜੰਮ ਹੋਣਗੇ ਉਹਨਾਂ ਦੇ ਸਾਹਮਣੇ ਤੇਰੀ ਪੇਸ਼ ਨਹੀਂ ਚੱਲਣੀ ਉਹਨਾਂ ਨੇ ਤੈਨੂੰ ਜਿਹੜਾ ਹੈਗਾ ਗਹਿ ਲੈਣਾ ਪਕੜ ਲੈਣਾ ਇਸ ਰੂਪ ਦੇ ਵਿੱਚ ਅਗਲਾ ਬਚਨ ਹੈ ਕਿਆਤਾ ਹੈ ਖਟਿਆ ਕਹਾਂ ਗਵਾਇਆ ਕੀ ਕਮਾਈ ਕੀਤੀ ਆ ਕਿੱਥੇ ਗਵਾਇਆ ਲਿਆਓ ਪੂੰਜੀ ਵੇਖਦੇ ਹਾਂ ਸਾਰੀ ਕਿਆ ਕਿਆਤਾ ਹੈ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਸਿਤਾਬ ਦਾ ਫਿਰ ਅਗੇਨ ਮਤਲਬ ਹੈ ਐਜ਼ ਇਟ ਇਜ਼ ਹੁਣੇ ਜਿਵੇਂ ਆ ਇਸੇ ਤਰੀਕੇ ਨਾਲ ਰਾਈਟ ਵੇ ਕੋਈ ਇਹਦੇ ਚ ਜਿਹੜਾ ਹੈਗਾ ਦੇਰੀ ਨਹੀਂ ਹੋਣੀ ਚਾਹੀਦੀ ਕੋਈ ਤੈਨੂੰ ਕੋਈ ਹੋਰ ਸਮਾਂ ਨਹੀਂ ਮਿਲਣਾ ਕੋਈ ਵਕਤ ਨਹੀਂ ਮਿਲਣਾ ਹੁਣੇ ਹੀ ਚੱਲ ਦੇਖੋ ਸਾਰੀ ਗੱਲ ਫਲਸਫੀਕਲ ਸਾਈਡਸ ਤੋਂ ਤੇ ਗੁਰਬਾਣੀ ਦੇ ਵਿਚਾਰ ਤਰਕ ਪੱਖ ਤੋਂ ਹੋ ਰਹੀ ਹੈ एग्जांपल ਦੇਣੀ ਚਾਹਾਂ ਜੇ ਕਿਥੇ ਜ਼ਿੰਦਗੀ ਚ ਕਮਿਊਨਿਟੀ ਚ ਮੂਵ ਕਰੀਦਾ ਡੇ ਟੂ ਡੇ and there are so many examples tons of tons of examples i can actually put here pitik majhe bilkul suitable level di baat kara sade thik bade pyare pittar te kithe der raat kise function to wapas aa rahe sige ah oh intersection nange re khali hai bilkul green light hai nange lagge dusre passio ik drunk driver speeding kar rya te रेड लाइट रन ਕਰ ਰਿਆ ਉਹ ਜਿਵੇਂ ਹੀ ਉਹ ਨੰਗ ਲਗੇ ਇੰਟਰਸੈਕਸ਼ਨ ਉਪੇਲਾ ਸੀਗਾ ਗੱਡੀ ਉਹਨਾਂ ਦੀ ਵੀ ਸਪੀਡ ਤੇ ਸੀਗੀ ਉਧਰੋਂ ਆ ਕੇ ਗੱਡੀ ਮਾਰੀ ਵਿੱਚ ਉਹ ਜਿੱਥੇ ਡਰਾਈਵਿੰਗ ਸੀਟ ਹੁੰਦੀ ਹੈ ਬਿਲਕੁਲ ਡਰਾਈਵ ਕਰਦੇ ਜਿੱਥੇ ਉੱਤੋਂ ਕੋਈ 1 ਫੁੱਟ ਅੱਗੇ ਗੱਡੀ ਆ ਕੇ ਜ਼ੋਰ ਲਾ ਕੇ ਵੱਜੀ ਜਿੱਥੇ ਵੱਜੀ ਉੱਥੇ ਬਿਲਕੁਲ ਗੱਡੀ ਦੇ ਪਰ ਖਚੇ ਉੱਡ ਗਏ ਪੂਰੀ ਤਰ੍ਹਾਂ ਕੁੰਮਕਮ ਆ ਗਈ ਥੋੜਾ ਬਹੁਤ ਆ ਯਾਦ ਆ ਵੀ ਵੱਜਿਆ ਇਸ ਤਰੀਕੇ ਨਾਲ ਮੁੜ ਕੇ ਅੱਖ ਖੁੱਲੀ ਹਸਪੀਟਲ ਸੀ ਗਏ ਤਰੀਕਾ ਵੀ ਬਦਲ ਗਈਆਂ ਸੀਗੀਆਂ ਸਾਰਾ ਕੁਝ 나ੜੀਆਂ ਛਾੜੀਆਂ ਲੱਗੀਆਂ ਨੇ ਹੱਥ ਪੈਰ ਸਾਰੇ ਵੱਜੇ ਨੇ ਖੈਰ ਹੋਸ਼ੋ ਹਵਾਸ ਆਇਆ ਯਾਦਾਸ ਠੀਕ ਹੈ ਸਿਰ ਠੀਕ ਹੈ ਬੋਡੀ ਹੌਲੀ ਹੌਲੀ ਬੜੀ ਜਲਦੀ ਹੀਲ ਕਰ ਗਈ ਸਭ ਕੁਝ ਕੋਈ ਹਫਤੇ ਡੇਢ ਹਫਤੇ ਦੀ ਹਸਪੀਟਲ ਦੇ ਟ੍ਰੀਟਮੈਂਟ ਤੋਂ ਬਾਅਦ ਛੁੱਟੀ ਮਿਲੀ ਘਰ ਨੂੰ ਵਾਪਸੀ ਹੋਈ ਮੇਰੀ ਗੱਲ ਹੋਈ ਮੈਂ ਕਿਹਾ ਕਿ ਤਾਂ ਕੱਲ੍ਹ ਕੇ ਭਾਈ ਸਾਹਿਬ ਬੈਸੇ ਤੇ ਜਦੋਂ ਉਹਦੇ ਦੂਤ ਆਉਂਦੇ ਨੇ ਰਸ਼ਾਵਦਾ ਕਠਨ ਦੂਤ ਆਉਂਦੇ ਨੇ ਉਹ ਛੱਡਦੇ ਨਹੀਂ ਕਿਸੇ ਤਰੀਕੇ ਨਾਲ ਮੈਨੂੰ ਸਬਕ ਦੇ ਕੇ ਛੱਡ ਗਏ ਨੇ ਬਸ ਹੁਣੇ ਪਤਾ ਲੱਗ ਗਿਆ ਹੈ ਜ਼ਿੰਦਗੀ ਦਾ ਰਹਿਦਾ ਸਮਾਂ ਕਿਵੇਂ گزارਣਾ ਹੈ ਮੈਂ ਜਦੋਂ ਇਹ ਇਨਸੀਡੈਂਟ ਵਾਪਰਿਆ ਮੈਨੂੰ ਅਜੇ ਵੀ ਇੱਕ ਮੈਮਰੀ ਮੇਰੇ ਅੰਦਰ ਪਈ ਹੈ ਪੱਕੀ ਮੈਂ ਕਿਹਾ ਗੇਮ ਓਵਰ ਹੋ ਗਈ ਡਨ ਹਸਪੀਟਲ ਆ ਖੁੱਲੇ ਥੋੜਾ ਆਪਣੇ ਆਪ ਨੂੰ ਸੰਭਾਲ ਲਿਆ ਪਹਿਲਾ ਲਫਜ਼ ਆਇਆ ਸ਼ੁਕਰ ਹੈ ਥੋੜਾ ਸਮਾਂ ਹੋਰ ਮਿਲਿਆ ਫਿਰ ਆਪਣੇ ਆਪ ਨੇ ਕਮਿਟਮੈਂਟ ਕਰ ਲਿਆ ਕਿ ਆ ਜਿਹੜਾ ਰਹਿ ਗਿਆ ਇਹ ਹੁਣ ਉਸ ਪਾਸੇ ਲਾਣਾ ਜਿਹੜਾ ਹੁਣ ਤੱਕ ਨਹੀਂ ਲਾਇਆ ਐਕਚੁਅਲੀ ਇਹ ਮੌਕਾ ਕਈ ਵਾਰ ਸਾਰਿਆਂ ਨੂੰ ਨਹੀਂ ਮਿਲਦਾ ਇਹਨੂੰ ਬਾਣੀ ਕਹਿੰਦੀ ਹੈ ਦੁਖਦਾਰੂ ਕਈ ਵਾਰੀ ਦੁੱਖ ਬਹੁਤ ਆਉਂਦਾ ਤੇ ਉਹ दारू ਬਣ ਜਾਂਦਾ ਬੰਦੇ ਲਈ ਪਰ ਇੱਥੇ ਬਾਬਾ ਜੀ ਬਿਆਨ ਕਰਦੇ ਚਲੋ ਸਿਤਾਬ ਦੀਵਾਨ ਬੁਲਾਇਆ ਜਦਨ ਕਿ ਤੇ ਮੈਸੇਜ ਉਹ ਪੱਕਾ ਆ ਗਿਆ ਨਾ ਤੇ ਫਿਰ ਚੇਤੇ ਰੱਖੀ ਸਤਾਬ ਬ੍ਰਾਈਟਵੇ ਉਹਨੇ ਕਹਿਣਾ ਵੀ ਹੁਣੀ ਹੁਣ ਕੋਈ ਤੈਨੂੰ ਮaaf ਨਹੀਂ ਕੀਤਾ ਜਾਏਗਾ ਪਰ ਜਿਸ ਦੁਨੀਆ ਚ ਅਸੀਂ ਰਹਿੰਦੇ ਆ ਉਹਦੇ ਵਿੱਚ ਸਾਡੀ ਇੱਕ ਆਪਣੀ ਅਪਰੋਚ ਵੀ ਹੈ ਭਗਤ ਜੀ ਨੇ ਉਹਦੀ ਗੱਲ ਕੀਤੀ ਕਹਿੰਦੇ ਕਰੋ ਅਰਦਾਸ ਗਾਮ ਕਿਛ ਬਾਕੀ ਜਦੋਂ ਕੋਈ ਠਾਣਾ ਪਿੰਡ ਚੜ੍ਹ ਕੇ ਆਉਂਦਾ ਤੇ ਉਹ ਕਹਿੰਦੇ ਵੀ ਚੱਲ ਭਾਈ ਉੱਥੇ ਤੈਨੂੰ ਬੁਲਾਇਆ ਹੈ ਤੇ ਉਹਨਾਂ ਸਾਹਮਣੇ ਹੱਥ ਪੱਲਾ ਜੋੜਦਾ ਬੰਦਾ ਵੀ ਭਾਈ ਗੱਲੇ ਆ ਸੌਰੀ ਥੋੜਾ ਟਾਈਮ ਦੇ ਦਿਓ ਮੈਨੂੰ ਇੱਥੇ ਟਾਈਮ ਮੰਗਿਆ ਜਾ ਰਿਹਾ ਮੇਰਾ ਹਿਸਾਬ ਕਿਤਾਬ ਰਿੰਦਾ ਪਿੰਡ ਵਿੱਚ ਕਰਨ ਵਾਲਾ ਹਾਲੇ ਅਰਥ ਕਾਰਨ ਨੇ ਤੇ ਟੀਕੇ ਕਾਰਨ ਤੇ ਕਿਹਾ ਕਿ ਬਾਹਰ ਦੇ ਪਿੰਡ ਦੀ ਗੱਲ ਹੋ ਰਹੀ ਐ ਐਕਚੁਅਲੀ ਜੇ ਬਾਹਰ ਦੇ ਨਾਮ ਹੀ ਕਿਹਾ ਇਸ ਪਿੰਡ ਦੀ ਗੱਲ ਕੀਤੀ ਜਾਏ ਇਸ ਪਿੰਡ ਤੋਂ ਵੀ ਹਿਸਾਬ ਕਿਤਾਬ ਬੰਦੇ ਨੇ ਪੁੱਛਣਾ ਹਾਲੇ ਮਤਲਬ ਆਪ ਦੇਖੋਗੇ ਅੱਜ ਸਕਰੀਨ ਹੀ ਕੱਲੀ ਲੈ ਲਓ ਬੰਦੇ ਦੀ ਜ਼ਿੰਦਗੀ ਦਾ ਰੋਜ਼ ਦਾ 4-4 5-5 ਘੰਟੇ ਸਕਰੀਨ ਟਾਈਮ ਖਾਈ ਜਾ ਰਿਹਾ ਜੇ ਬੰਦੇ ਦੀ ਵਿਜ਼ਡਮ ਥੋੜੀ ਕੰਮ ਕਰੇ ਤੇ ਕੌਂਸ਼ੀਅਸ ਹੋ ਜਾਏ ਬੰਦਾ ਤੇ ਆਪਣੀ ਅੱਖਾਂ ਨੂੰ ਪੁੱਛੇ ਹਿਸਾਬ ਤੇ ਕਰੋ ਮਾੜਾ ਜਿਹਾ ਸ਼ਰੀਰ ਦੇ ਚ ਤੁਹਾਡਾ ਸਾਰੇ ਦੇ ਵਿੱਚ ਹਿੱਸਾ ਬਣਦਾ ਇੰਨਾ ਕੁ ਤੇ ਇਸ ਸਾਰੇ ਸ਼ਰੀਰ ਦੇ 24 ਘੰਟਿਆਂ ਦੇ ਟਾਈਮ ਵਿੱਚੋਂ ਤੁਸੀਂ ਲੈ ਜਾਂਦੀ ਆ ਜ ਆਲਮੋਸਟ 40% ਟਾਈਮ ਹਿਸਾਬ ਕਿਤਾਬ ਕਰੋ ਥੋੜਾ ਦੈਟਸ ਨਾਟ ਗੁੱਡ ਥਿੰਕ ਐਕਚੁਅਲੀ ਬੰਦੇ ਨੂੰ ਸਹੀ ਤਰੀਕੇ ਨਾਲ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰਨਾ ਆਉਣਾ ਚਾਹੀਦਾ ਉਹਨੂੰ ਸਹੀ ਤਰੀਕੇ preference ਦੇ ਅਕੋਰਡਿੰਗਲੀ ਯੂਜ਼ ਕਰਨਾ ਚਾਹੀਦਾ ਹੈ। ਕੀ ਫਿਰ ਬੰਦਾ ਸ਼ਾਇਦ ਸੋਚੇ ਯੂ نو ਮੈਂ ਆਪਣੇ ਪਿੰਡ ਨੂੰ ਸੰਭਾਲਾਂ ਇਹ ਬਾਬਾ ਕਬੀਰ ਦਾ ਇੱਕ ਸ਼ਬਦ ਹੋਰ ਵੀ ਹੈ ਆਪਨੇ ਸ਼ਤ ਕਦੀ ਪੜਿਆ ਸੁਣਿਆ ਹੋਏ ਕਿ ਦੇਹੀ ਗਾਮ ਜੀਓ ਧਰ ਮਹਿਦੋ ਬਸੈ ਪੰਜ ਕਿਸਾਨਾ ਨੈਨੂ ਨਕਤੂ ਸਰਨੂ ਰਸਪਤ ਇੰਦਰੀ ਕਹਾ ਨਾ ਮਾਨਾ ਬਾਬਾ ਅਬ ਨਾ ਬਸੋਏ ਗਾਉਂ ਬੰਦਾ ਕਹਿੰਦਾ ਪਿੰਡ ਨਾ ਇਹ ਨਹੀਂ ਜਾਣਾ ਚਾਹੀਦਾ ਬਸ ਇਹ ਤੇ ਮਸਤੀ ਬਸਤੀ ਬਣੀ ਰਹਿਣੀ ਚਾਹੀਦੀ ਹੈ। ਬਾਬਾ ਕਬੀਰ ਕਹਿੰਦੇ ਮੇਰਾ ਮੇਰਾ ਵਸ ਚੱਲੇ ਤਾਂ ਬਸਤੀ ਕਦੀ ਨਾ ਵਸੇ। ਅਜੀਬ ਹਾਲਤ ਹੈ। ਵਿੱਚ ਜਿੰਦ ਦੀ ਵਿੱਚ ਜਿਹੜੀ ਕੌਂਸ਼ੀਅਸ ਮੇਰੀ ਚੇਤਨਾ ਦੀ ਗੱਲ ਹੀ ਨਹੀਂ ਕੋ ਸੁਣਦਾ। ਨਾ ਅੱਖਾਂ ਸੁਣਦੀਆਂ ਨਾ ਕੰਨ ਸੁਣਦੇ ਨਾ ਨਾਸਕਾ ਸੁਣਦੀ ਨਾ ਜੀਭ ਸੁਣਦੀ ਕੁਝ ਵੀ ਨਹੀਂ। ਤੇ ਕੀ ਹਾਲਤ ਆ? ਇੱਥੇ ਕਿਹਾ ਕਰੋ ਅਰਦਾਸ ਗਾਮ ਕਿਚ ਬਾਕੀ ਲਹਿਣ ਨਿਬੇਰ ਆਜ ਕੀ ਰਾਤੀ। ਉਦੂਤਾਂ ਨੂੰ ਕਿਹਾ ਵੀ ਤੁਸੀਂ ਬਸ ਨਾ ਇੱਕ ਰਾਤ ਦਾ ਟਾਈਮ ਦੇ ਦਿਓ ਬਾਕੀ ਮੈਂ ਸਭ ਕੁਝ ਫਿਕਸ ਕਰ ਲੈਣਾ ਉਸ ਰੂਪ ਦੇ ਵਿੱਚ ਕਿਛ ਵੀ ਖਰਚ ਤੁਹਾਡਾ ਸਾਰੋ ਮੈਂ ਤੁਹਾਨੂੰ ਬਰਾਈਵ ਦੇ ਦੇਣਾ ਕੁਛ ਮਬਾ ਕਬੀਰ ਜੀ ਕਹਿੰਦੇ ਉਹ ਬਰਾਈਵ ਡੇਕਰ ਨਹੀਂ ਹੁੰਦੇ ਉਸ ਸੰਸਾਰ ਦੀ ਪੁਲਿਸ ਨਹੀਂ ਹੁੰਦੀ ਤੁਸੀਂ ਵੱਡਾ ਵਕੀਲ ਹਾਇਰ ਕਰ ਲੋਗੇ ਤੇ ਬਚ ਜੋਗੇ ਜਾਂ ਕਿਸੇ ਨੂੰ ਉਹਨਾਂ ਨੂੰ ਪੈਸੇ ਦੇ ਦਿਓਗੇ ਰਿਸ਼ਵਤ ਦੇ ਦਿਓਗੇ ਤੇ ਬਚ ਜੋਗੇ ਨਾ ਕਿਹਾ ਕਿਛ ਵੀ ਖਰਚ ਤੁਹਾਡਾ ਸਾਰੋ ਸੁਬਹਾਨ ਨਿਵਾਜ਼ ਸਰਾਏ ਗੁਜਾਰੋ ਆਪਾਂ ਰਾਤ ਠਹਿਰ ਲੀਨੀਆਂ ਤੇ ਸਵੇਰੇ ਸਵੇਰੇ ਆਪਾਂ ਮਤਲਬ ਦਿਨ ਚੜਨ ਤੋਂ ਪਹਿਲਾਂ ਨਮਾਜ਼ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਕਿਉਂਕਿ ਮੋਮਨੀ ਧਾਰਾ ਹੀ ਚੋਂ ਐਗਜ਼ਾਮਪਲ ਮੈਟਾਫੋਰ ਦੇ ਰਹੇ ਨੇ ਮੈਂ ਤੁਹਾਡੇ ਕੋਲ ਹੋਵਾਂਗਾ ਅਗਲਾ ਬਚਨ ਹੈ ਸਾਧ ਸੰਗ ਜਾਂ ਕੋ ਹਰ ਰੰਗ ਲਾਗਾ ਬਾਬਾ ਕਬੀਰ ਕਹਿੰਦੇ ਮੈਂ ਤੁਹਾਨੂੰ ਡਰਾ ਨਹੀਂ ਰਿਹਾ ਸਮਝਾ ਰਿਹਾ ਇਹ ਸਾਰੇ ਚੋਂ ਸਮਝ ਜਿੰਨੂੰ ਸਤ ਸੰਗਤ ਦਾ ਰੰਗ ਲੱਗ ਗਿਆ ਜਿੱਦੀ ਸਹਬਤ ਜਿੰਨੂੰ ਕਹਿ ਲਓ ਕੰਪਨੀ ਜਿਦਾ ਆਲਾ ਦਵਾਲਾ ਜਿੰਨੂੰ ਸਮਝਣ ਸਮਝਾਣ ਵਾਲੇ ਆਲੇ ਦਵਾਲੇ ਦੇ ਲੋਕ ਚੰਗੇ ਮਿਲ ਗਏ ਉਹਨਾਂ ਨੇ ਜੀਵਨ ਨੂੰ ਗਵਾਇਆ ਨਾ ਜੀਵਨ ਦੇ ਜਜ਼ਬਾਤਾਂ ਨੂੰ ਮਿੱਟੀ ਵਿੱਚ ਨਹੀਂ ਰੋਲਿਆ ਨਾਲੀ ਵਿੱਚ ਨਹੀਂ ਰੋੜਿਆ ਉਹਨਾਂ ਨੇ ਸੰਭਾਲੇ ਹਰ ਚੀਜ਼ ਨੂੰ ਉਹਨਾਂ ਨੇ ਇਸ ਦਾਤੇ ਦੀਆਂ ਦਿੱਤੀਆਂ ਦਾਤਾਂ ਦਾ ਸਤਕਾਰ ਕੀਤਾ ਅਦਬ ਕੀਤਾ ਜਿਹੜੀ ਐਕਚੁਅਲੀ ਅੰਦਰ ਦੀ ਪਈ ਹੋਈ ਸਾਡੇ ਅੰਦਰ 휴ਮੈਨਿਟੀ ਹੈ ਉਸ ਨੂੰ ਪ੍ਰੀਜ਼ਰਵ ਕਰਕੇ ਜੀਵੇ ਆ ਉਸ ਨੂੰ ਪਰ ਇਹਦੀ ਬਾਤ ਬਣਦੀ ਉਹਨਾਂ ਦੀ ਸਾਦ ਸੰਗ ਜਾਂ ਕੋ ਹਰ ਰੰਗ ਲਾਗਾ ਤਨ ਤਨ ਸੋ ਜਨਪੁਰਖ ਸੁਭਾਗਾ ਉਹ ਜਾਨ ਜਿਹੜਾ ਉਸ ਸੁਪਾਕਾ ਕਿਸਮਤ ਵਾਲਾ ਹੈ ਉਹਨੂੰ ਧੰਨ ਕਹੋ ਉਹਨੂੰ ਵਡਿਆਓ ਈਤ ਊਤ ਜਨ ਸਦਾ ਸੁਹੇਲੇ ਲੋਕ ਪਰਲੋਕ ਉਹ ਸੁਹੇਲਾ ਹੈ ਉਹਦਾ ਧਰਤੀ ਤੇ ਰਹਿਣਾ ਵੀ ਸੁਹੇਲਾ ਆ ਉਹ ਧਰਤੀ ਤੇ ਮੁਸਕਰਾਹਟਾਂ ਖੇ ਬਖੇਰਦਾ ਹੋਇਆ ਤੇ ਧਰਤੀ ਦੀਆਂ ਖੁਸ਼ੀਆਂ ਮਾਣਦਾ ਹੋਇਆ ਬਿਤਾ ਹੁੰਦਾ ਆ ਉਹ ਰਾਤ ਨੂੰ ਸੌਣ ਲੱਗਿਆ ਸੋਹੇਲਾ ਸਾਹਿਬ ਦਾ ਪਾਠ ਕਰਦਾ ਹੈ ਬਿਸਤਰੇ ਦੇ ਉੱਤੇ ਸਰਹਾਣੇ ਤੇ ਸਿਰ ਰੱਖਦਾ ਹੈ ਨੀਂਦ ਆ ਜਾਂਦੀ ਏ ਤੇ ਨਾਲ ਹੀ ਇਹ ਅਹਿਸਾਸ ਕਰਦਾ ਹੈ ਜੇ ਆ ਨੀਂਦ ਪਰਮਾਨੈਂਟ ਨੀਂਦ ਵੀ ਹੋ ਗਈ ਆਮ ਹੈਪੀ ਕੁਛ ਵੀ ਐਸਾ ਨਹੀਂ ਜਿਹੜਾ ਕੋਈ ਇਸ ਤਰੀਕੇ ਨਾਲ ਮੈ ਰੋਕਿਆ ਹੈ ਜਿਹੜਾ ਮੈਂ ਸਵੇਰੇ ਮੈਂ ਨਾਖ ਖੋਲ ਪਾਇਆ ਤੇ ਉਹ ਮੈਨੂੰ ਬੜਾ ਅਫਸੋਸ ਰਹੇਗਾ ਨਾ ਤੇ ਜੇ ਕਿਤੇ ਸੁਬਾਹ ਅੱਖ ਖੁੱਲ ਵੀ ਗਈ ਤੇ ਫਿਰ ਵੀ ਫਿਰ ਵੀ ਮੇਰੇ ਕੋਲ ਬਹੁਤ ਕੁਝ ਐਸਾ ਕਰਨ ਵਾਸਤੇ ਹੈ ਜਿਹੜਾ ਇਸ ਮੇਰੀ ਖੁਸ਼ੀ ਦੀ ਗੱਟੜੀ 'ਚ ਹੋਰ ਇਜ਼ਾਫਾ ਕਰੇਗਾ ਸੋ ਇਨ ਬੋਥ ਸਾਈਡਸ ਆਮ ਇਨ ਵਿਨਿੰਗ ਸਿਚੁਏਸ਼ਨ ਆਮ ਇਨ ਵਿਨ-ਵਿਨ ਸਿਚੁਏਸ਼ਨ ਇਹ ਹੈ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਉਹਨਾਂ ਨੇ ਜੀਵਨ ਤੋਂ ਜੀਵਨ ਦੀ ਬਾਜੀ ਪਦਾਰਥ ਦਾ ਮਤਲਬ ਹੀ ਇਹ ਹੈਗਾ ਕਿ ਜਿਹੜਾ ਇਹ ਲਾਈਫ ਕੰਪੋਨੈਂਟ ਆਪਣੇ ਆਪ ਦੇ ਵਿੱਚ ਉਹਨਾਂ ਨੇ ਇਸ ਨੂੰ ਵਿਨ ਕਰ ਲਿਆ ਇਸ ਨੂੰ ਜਿੱਤ ਲਿਆ ਇਹਦੀ ਐਕਚੁਅਲ ਲੈਵਲ ਤੇ ਉਹਨਾਂ ਨੂੰ ਪ੍ਰਾਪਤੀ ਹੋ ਗਈ ਜਾਗਤ ਸੋਇਆ ਜਨਮ ਗਵਾਇਆ ਬੰਦਾ ਅੱਜ ਮੈਂ ਥੋੜਾ ਸਾਡਾ ਇੱਕ ਕੋਰਸ ਚੱਲ ਰਿਹਾ ਸੀ ਕਿ ਐਜੂਕੇਸ਼ਨਲ ਸਾਈਟ ਤੋਂ ਤੇ ਉਹਦੇ ਵਿੱਚ ਸਲੀਪਿੰਗ ਪੈਟਰਨਸ ਦੀ ਗੱਲਾਂ ਹੋ ਰਹੀਆਂ ਸੀਗੀਆਂ ਪੈਂਡੈਮਿਕ ਦੀ ਗੱਲ ਤੇ ਸਾਰੇ ਕਰ ਰਹੇ ਨੇ ਪਰ ਬਹੁਤ ਸਾਰੀਆਂ ਐਪੀਡੈਮਿਕਸ ਵੀ ਅਸੀਂ ਸਾਰੇ ਹੰਡਾ ਰਹੇ ਹਾਂ ਸੰਸਾਰੀ ਲੋਕ ਇੱਕ ਐਪੀਡੈਮਿਕ ਜਿਹੜੀ ਵਰਲਡਵਾਈਡ ਚੱਲ ਰਹੀ ਹੈ ਕਾਈਂਡ ਆਫ ਪੈਂਡੈਮਿਕ ਇਹ ਕਹਿ ਲਓ ਸਾਡੇ ਅੰਦਰ ਸਲੀਪਿੰਗ ਡਿਪਰੀਵਿੰਗ ਹੋ ਰਹੀ ਹੈ ਬੜੀ ਵੱਡੇ ਲੈਵਲ ਤੇ ਸਾਨੂੰ ਨੀਂਦ ਦੇ ਇਸ਼ੂ ਆ ਰਹੇ ਨੇ ਸਭ ਨੂੰ ਹੀ ਬੰਦੇ ਨੂੰ ਇਹ ਭੁੱਲੇ ਜਾ ਰਿਹਾ ਹੈ ਸੌਣਾ ਕਿਵੇਂ ਹੈ ਨੀਂਦ ਕੀ ਹੁੰਦੀ ਹੈ ਤੇ ਬੰਦਾ ਬੰਦਾ ਤੇ ਕਹਿੰਦਾ ਮੈਂ ਜਾਗਦਾ ਰਹਿਣਾ ਮੈਨੂੰ ਤੇ ਮੇਰੀ ਅੱਖ ਮੇਰੇ ਨੂੰ ਤੇ ਨੀਂਦ ਹੀ ਨਹੀਂ ਆਉਂਦੀ ਐਕਚੁਅਲ ਲੈਵਲ ਤੇ ਬੰਦਾ ਜਾਗਦਾ ਹੀ ਸੌਂ ਗਿਆ ਆਇਆ ਇੱਥੇ ਸੌਣ ਦਾ ਮਤਲਬ ਇਹ ਹੈ ਬੰਦੇ ਨੂੰ ਪਤਾ ਹੀ ਨਹੀਂ ਅਵੇਅਰ ਹੀ ਨਹੀਂ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ ਕੀ ਹਾਲਤ ਹੈ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਫੋਕਸ ਇਸ ਗੱਲ ਤੇ ਬਹੁਤ ਲੱਗਾ ਆ ਵੀ ਲੁੱਟ ਲਵਾਂ ਆ ਵੀ ਖੋ ਲਵਾਂ ਆ ਵੀ ਇਕੱਠਾ ਕਰ ਲਵਾਂ ਤੇ ਅਖੀਰ ਸਾਰਾ ਕੁਝ ਠਾ ਕਰ ਕਰਾ ਕੇ ਤੇ ਚਲਦਾ ਬਣਦਾ ਤੂੰ that is the reality of human being ਮਤਲਬ ਹੈ ਜੀਵਨ ਗੁਜਰਾਨ ਹੈ ਮਾਇਆ ਵੀ ਗੁਜਰਾਨ ਹੈ ਇਸ ਤਰ੍ਹਾਂ ਨੂੰ ਯੂਜ਼ ਕਰ ਕਿਆ ਮਾਲ ਤਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰਪੂਲੇ ਇਹ ਨਾ ਕਬੀਰ ਇਹ ਗੱਲ ਕਹਿ ਉਹੀ ਲੋਕ ਅਸਲ ਵਿੱਚ ਭੁੱਲੇ ਨੇ ਖਸਮ ਬਿਸਾਰ ਮਾਟੀ ਸੰਗਰੂਲੇ ਜਿਨ੍ਹਾਂ ਨੇ ਖਸਮ ਰੱਬ ਦੀ ਯਾਦ ਨੂੰ ਵਸਾਰ ਦਿੱਤਾ ਤੇ ਮਿੱਟੀ ਦੇ ਵਿੱਚ ਆਪਣੇ ਆਪ ਨੂੰ ਰੋਲ ਲਿਆ ਭਾਵ ਜਿਨ੍ਹਾਂ ਨੂੰ ਜੀਵਨ ਨੂੰ ਜੀਣ ਦੀ ਅਸਲ ਸੋਚੀ ਤੇ ਸੇਧ ਨਾ ਰਹੀ ਸਾਬ ਰਹਿਮਤ ਕਰਨ ਇਹਨਾਂ ਆਲਮੀ ਅਲਾਹੀ ਕਮੀ ਵਾਕ ਜੋ ਚਿੰਗਰੀ ਪ੍ਰੇਰਣਾ ਮਿਲੇ ਅਸੀਂ ਗੁਰਮਤੀ ਹੋ ਸਕੀਏ ਡਾਡੀ ਵੀਰਾ ਅਗੇ ਨਿਕਲੇ ਹਾਜ਼ਰੀ ਉਪਰਨਗੇ ਮੈਨੂੰ ਇੱਥੇ ਇਜਾਜ਼ਤ ਦੇ ਦੇਣੀ ਆ ਕਰਸਾਨੀ ਸੰਖਰਸ਼ਨ ਨਾਲ ਜੂਝ ਰਹੀ ਮਾਈ ਪਾਈ ਦੀ ਸਫਲਤਾ ਦੇ ਅਰਦਾਸ ਦੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ